ਪਪਾ ਜੀ ਕਦੀ ਬੱਕਰੀਆਂ ਚਾਰਨਾ ਪੈਂਦਾ ਕਦੀ ਭਾਂਡੇ ਮਾਂਜਣ ਦਾ ਪੈਂਦਾ ਸੀ ਹੁਣ ਉਹਦੇ ਵਿੱਚ ਅਸੀਂ ਕੁਝ ਕਹਿ ਨਹੀਂ ਸਕਦੇ ਤੇ ਉਹਨਾਂ ਬਾਰੇ ਤਾਂ ਕੁਝ ਕਹੀਏ ਜੇ ਇੱਕ ਕੰਮ ਤੇ ਕਰਦਾ ਹੋਵੇ ਉਹਨੇ ਤੇ ਕਦੀ ਆਤਾ ਮੈਂ ਮਿਊਜ਼ਿਕ ਕਰਦਾ ਕਦੀ ਬੱਕਰੀਆਂ ਦਾ ਦੁੱਧ ਪੀਣ ਦਾ ਪੈਂਦਾ ਕਦੀ ਕੁਝ ਕਰਨ ਦਾ ਪੈਂਦਾ ਤੇ ਚੰਨੀ ਸਾਹਿਬ ਦਾ ਤੇ ਤਾਂ ਹੁੰਦਾ ਤੇ ਕੋਈ ਜੇ ਕੋਈ ਚੰਗਾ ਕੰਮ ਕਰਦਾ ਤੇ ਅੱਜ ਤੱਕ ਕੁਝ ਨਹੀਂ ਕੀਤਾ ਕਾਂਗਰਸ ਨੇ ਬੇੜਾ ਗਰ ਕਰ ਦਿੱਤਾ ਪੰਜਾਬ ਦਾ ਹੁਣ ਸਾਨੂੰ ਇਹ ਉਮੀਦ ਹੈ ਕਿ ਪੰਜਾਬ ਦਾ ਕੁਝ ਭਲਾ ਹੋ ਜੂਗਾ ਭਲਾ ਕੁਝ ਹੋ ਜੂਗਾ ਇਸ ਪਾਰਟੀ ਸਾਨੂੰ ਇਹੋ ਹੀ ਮਾਣ ਹੈ ਅਸੀਂ ਇਸੇ ਕਰਕੇ ਇਹਨੂੰ ਵੋਟਾਂ ਪਾਈਆਂ ਮੌਕਾ ਵੀ ਦੇਣਾ ਚਾਹੀਦਾ ਇਹ ਨਵੇਂ ਬੰਦਿਆਂ ਨੂੰ ਪੁਰਾਣਿਆਂ ਨੂੰ ਤਾਂ ਆਪਾਂ ਚਲੋ 70 ਸਾਲ ਤੋਂ ਵੇਖਦੇ ਹੀ ਆਏ ਹਾਂ ਹੁਣ ਨਵੇਂ ਬੰਦਿਆਂ ਨੂੰ ਮੌਕਾ ਦਿੱਤਾ ਹੈ ਜਿਵੇਂ ਕਿ ਅੱਜ ਚਲੋ ਸਹੁੰ ਚੁੱਕ ਸਮਾਗਮ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਾ ਹੈ ਹੁਣ ਪਹਿਲੇ ਦਿਨ ਤੋਂ ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਾਂਗੇ 70 ਸਾਲ ਤੋਂ ਸਾਡਾ ਦੇਸ਼ ਜਿਹੜਾ ਹੈ ਪਛੜ ਚੁੱਕਾ ਹੈ ਹੁਣ ਦੇਖਦੇ ਹਾਂ ਕਿੱਦਾਂ ਕੰਮ ਕਰਦੇ ਆ ਮੈਂ ਦੇਖ ਰਿਹਾ ਤੁਸੀਂ ਤਾਂ ਮੈਂ ਤੁਹਾਡਾ ਦੋਸਤ ਸਰਮਨ ਸਿੰਘ ਰੰਧਾਵਾ ਪੰਜਾਬ ਦੀ ਸੱਤਾ ਦੇ ਉੱਤੇ ਨਵੀਂ ਵਜ਼ਾਰਤ ਜਿਹੜੀ ਉਹ ਬਣ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਦੀ ਸੱਤਾ ਦੇ ਵਿੱਚ ਆ ਚੁੱਕੀ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਆ ਉਹ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਗਈ ਹੈ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਅੱਜ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਜਿਹੜਾ ਬੁਲਾਇਆ ਗਿਆ ਸੀ ਉਸ ਦੀ ਸਮਾਪਤੀ ਤੋਂ ਬਾਅਦ ਭਗਵੰਤ ਮਾਨ ਵੱਲੋਂ ਕੁਝ ਅਹਿਮ ਐਲਾਨ ਕੀਤੇ ਗਏ ਨੇ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰੀ ਨੂੰ ਖਤਮ ਕਰਨ ਲਈ ਭਗਵੰਤ ਮਾਨ ਵੱਲੋਂ ਐਲਾਨ ਕੀਤੇ ਗਏ ਨੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਕੀ ਆਖਰ ਉਹਨਾਂ ਦੇ ਕੀ ਵਿਚਾਰ ਨੇ ਇਹਦੇ ਬਾਰੇ ਹਾਂਜੀ ਕੀ ਨਾਮ ਜੀ ਬਾਬੇ ਤੁਹਾਡਾ ਰਾਜਕੁਮਾਰ ਰਾਜਕੁਮਾਰ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਆਮ ਲੋਕਾਂ ਦੀ ਸਰਕਾਰ ਕਿਸ ਤਰ੍ਹਾਂ ਵੇਖਦੇ ਹੋ ਅਸੀਂ ਤਾਂ ਵੇਖੋ ਹੀ ਕੀ ਦੇਖਣਾ ਹੈ ਕੀ ਉਮੀਦਾਂ ਨੇ ਨਵੀਂ ਸਰਕਾਰ ਤੋਂ ਕੀ ਉਮੀਦਾਂ ਮਹਾਰਾਜ ਉਹ ਨਵੀਂ ਸਰਕਾਰ ਜੇ ਕੰਮ ਕਰੇਗੀ ਤਾਂ ਹੀ ਪਤਾ ਲੱਗੇਗਾ ਨਾ ਪੁਰਾਣੀਆਂ ਸਰਕਾਰਾਂ ਜਿਹੜੀਆਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਰਹੀ ਕੀ ਉਹਨਾਂ ਕੋਲ ਕਮੀਆਂ ਰਹਿ ਗਈਆਂ ਜਿਹੜਾ ਇਸ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਚੁਣਿਆ ਉਹਨਾਂ ਦੇ ਬਥੇਰੀਆਂ ਕਮੀਆਂ ਜੀ ਕੋਈ ਛੜ ਕੇ ਟੁੱਟੇ ਹੀ ਹੈ ਉਹ ਬਣੀ ਨਹੀਂ ਕਿਤੇ ਐਕਸੀਡੈਂਟ ਹੋਣ ਡੇ ਆ ਉਹ ਠੀਕ ਨਹੀਂ ਕਰਾਉਂਦੇ ਸੜਕਾਂ ਕਿਉਂਕਿ ਜੰਪ ਵੱਜਦੇ ਆਉਂਦੇ ਜਾਂਦੇ ਅਤੇ ਐਕਸੀਡੈਂਟ ਹੋ ਜਾਂਦੇ ਆ ਇਹਦਾ ਕਈ ਕਮੀਆਂ ਹੈਗੀਆਂ ਪਿਛਲੀ ਸਰਕਾਰ 'ਚ ਹੁਣ ਅੱਗੋਂ ਨਵੀਂ ਸਰਕਾਰ ਕੋਈ ਕੀ ਕਰਦੀ ਬਸ ਸਟੈਂਡ ਜੀ ਬਿਲਕੁਲ ਹਾਂਜੀ ਵੀਰ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਭਾਜੀ ਸਤਨਾਮ ਸਿੰਘ ਆ ਸਤਨਾਮ ਜੀ ਪੰਜਾਬ ਦੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਬਣੀ ਹੈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਨੇ ਕੀ ਉਮੀਦਾਂ ਨੇ ਉਹਨਾਂ ਤੋਂ ਸਾਨੂੰ ਬੜੀਆਂ ਉਮੀਦਾਂ ਜੀ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਠੀਕ ਆ ਜਿਹੜੇ ਅਨਪੜ੍ਹ ਆ ਉਹਨਾਂ ਨੂੰ ਭਾਵੇਂ ਮਾੜਾ ਮੋੜੀ ਕੰਮ ਦਿੱਤਾ ਜਾਵੇ ਝਾੜੂ ਮਾਂਜੇ ਦਾ ਹੀ ਉਹ ਦੇ ਦੇਣਾ ਠੀਕ ਆ ਬਾਕੀ ਰਹੀ ਗੱਲ ਸਾਡੇ ਵਰਗੇ ਜਿਹੜੇ ਆਟੋ ਵਾਲੇ ਆ ਉਹਨਾਂ ਨੂੰ ਆਹ ਬੱਸ ਤੰਗ ਕਰਨ ਰਹੀ ਆ ਬੱਸਾਂ ਬੰਦ ਕੀਤੀਆਂ ਜਾਣ ਠੀਕ ਆ ਬਾਕੀ ਰਹੀ ਗੱਲ ਜੋ ਸਵਾਰਨਗੇ ਉਹ ਅਸੀਂ ਵੇਖਣਾ ਵੇਖ ਲਾਂਗੇ ਭਾਅ ਜੀ ਵੋਟਾਂ ਦੇ ਅਰਕਾਂ ਇਹਨਾਂ ਨੂੰ ਅਸੀਂ ਪਾ ਹੀ ਦਿੱਤੀਆਂ ਪੰਜਾਬ ਦੇ ਵਿੱਚ ਜਦ ਪਿਛਲੀ ਸਰਕਾਰ ਸੀ ਤਾਂ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਵੱਡੀ ਪੱਧਰ 'ਤੇ ਜਿਹੜੇ ਕੰਮ ਕੀਤੇ ਗਏ ਸੀ ਅਖੀਰਲੇ 40 ਦਿਨਾਂ ਦੇ ਵਿੱਚ ਫਿਰ ਵੀ ਲੋਕਾਂ ਨੇ ਸਰਕਾਰ ਬਦਲੀ ਕਿਉਂ ਉਹ ਭਾਅ ਜੀ ਕਦੀ ਬੱਕਰੀਆਂ ਚਾਰਨਾ ਪੈਂਦਾ ਕਦੀ ਭਾਂਡੇ ਮਾਂਜਣ ਦਾ ਪੈਂਦਾ ਸੀ ਹੁਣ ਉਹਦੇ ਵਿੱਚ ਅਸੀਂ ਕੁਝ ਕਹਿ ਨਹੀਂ ਸਕਦੇ ਤੇ ਉਹਨਾਂ ਬਾਰੇ ਤਾਂ ਕੁਝ ਕਹੀਏ ਜੇ ਇੱਕ ਕੰਮ ਤੇ ਕਰਦਾ ਹੋਵੇ ਉਹਨੇ ਤੇ ਕਦੀ ਆਤਾ ਮੈਂ ਮਿਊਜ਼ਿਕ ਕਰਦਾ ਕਦੀ ਬੱਕਰੀਆਂ ਦਾ ਦੁੱਧ ਪੀਣ ਦਾ ਪੈਂਦਾ ਕਦੀ ਕੁਝ ਕਰਨ ਦਾ ਪੈਂਦਾ ਤੇ ਚੰਨੀ ਸਾਹਿਬ ਦਾ ਤੇ ਤਾਂ ਹੁੰਦਾ ਤੇ ਕੋਈ ਜੇ ਕੋਈ ਚੰਗਾ ਕੰਮ ਕਰਦਾ ਤੇ ਉਹਦਾ ਕੋਈ ਸਾਨੂੰ ਉਮੀਦ ਨਹੀਂ ਨਵਜੋਤ ਸਿੰਘ ਸਿੱਧੂ ਵੀ ਚੋਣਾਂ ਹਾਰ ਗਏ ਨੇ ਜਦਕਿ ਪੰਜਾਬ ਪ੍ਰਦੇਸ਼ ਭਾਅ ਜੀ ਦੋਗਲੇ ਬੰਦੇ ਸੀ ਉਹਨਾਂ ਦੀ ਕੋਈ ਨਹੀਂ ਸਕਦੇ ਕਦੀ ਕਾਂਗਰਸੀਆਂ ਨਾਲ ਕਦੀ ਅਕਾਲੀਆਂ ਨਾਲ ਉਹਨਾਂ ਨੂੰ ਕੀ ਕਹਿਣਾ ਜੇ ਕਦੀ ਉਹਨਾਂ ਨੂੰ ਜਿੱਥੋਂ ਪੈਸਾ ਮਿਲਦਾ ਸੀ ਉੱਥੇ ਵੜ ਜਾਂਦੇ ਸੀ ਸਾਨੂੰ ਤਾਂ ਉਹ ਬੰਦਾ ਚਾਹੀਦਾ ਭਾਅ ਜੀ ਪੰਜਾਬ ਦੇ ਵਿੱਚ ਜਿਹੜਾ ਚੰਗੇ ਕੰਮ ਕਰੇ ਠੀਕ ਆ ਰਹੀਆਂ ਗੱਲ ਸੜਕਾਂ ਗਲੀਆਂ ਬਣਨ ਵਾਲੀਆਂ ਨਾ ਇਹਨਾਂ ਸੜਕਾਂ ਵੇਖੀਆਂ ਨਾ ਗਲੀਆਂ ਵੇਖੀਆਂ ਆਪਣੇ ਖਜ਼ਾਨੇ ਭਰੇ ਆ 300-300 400-400 ਕਿੱਲਾ ਪੈਲੀ ਲੈ ਗਏ ਆ ਗਰੀਬਾਂ ਵਾਲੇ ਨਾ ਕਿੰਨਾ ਵੇਖਿਆ ਸਾਨੂੰ ਦੱਸਣ ਤਾਂ ਸਹੀ ਬਾਕੀ ਰਹੀ ਗੱਲ ਚੰਨੀ ਆਇਆ 6-4 ਮਹੀਨੇ ਆਇਆ ਕਿ 6 ਦਾ ਆਇਆ 4 ਹੀ ਆਇਆ ਜੇ ਲਾ ਲਓ ਅਤੇ ਚੰਨੀ ਨੇ ਕਦੀ ਬੱਕਰੀ ਚੋਲੀ ਕਦੀ ਮੱਝ ਚੋਲੀ ਉਹਨੇ ਆ ਤਾਂ ਮੈਂ ਇਹੋ ਕੰਮ ਕਰ ਸਕਦਾ ਜੇ ਭਗਵੰਤ ਮਾਨ ਹੁਣਾਂ ਨੇ ਤਾਂ ਚਲੋ ਜੰਮਦੇ ਆ ਦਿੱਤਾ ਵੀ ਜੇ ਮੈਂ ਜ਼ਿਆਦਾ ਪੜ੍ਹ ਗਿਆ ਤਾਂ ਮੁੱਖ ਵੱਡਾ ਅਫਸਰ ਬਣ ਜੂਗਾ ਨਹੀਂ ਪੜਿਆ ਤਾਂ ਛੋਟਾ ਮੋਟਾ ਮੰਤਰੀ ਬਣ ਜੂਗਾ ਬਣ ਗਿਆ ਹੁਣ ਉਹ ਦੱਸੂਗਾ ਆਪੇ ਕੀ ਬਣਦਾ ਕੀ ਨਹੀਂ ਬਣਦਾ ਤਾਂ ਉਮੀਦਾਂ ਕੀ ਨੇ ਭਗਵੰਤ ਮਾਨ ਤੋਂ ਦੂਸਰੇ ਮੁੱਖ ਮੰਤਰੀਆਂ ਦੇ ਮੁਕਾਬਲੇ ਕੀ ਉਮੀਦਾਂ ਨੇ ਭਗਵੰਤ ਮਾਨ ਕੰਮ ਕਰੂਗਾ 100% ਕੰਮ ਕਰੂਗਾ ਜਿਹੜਾ ਆਪਣੇ ਜਿੱਥੇ ਇਹਨੇ ਸਹੁੰ ਚੁੱਕੀ ਆ ਭਾਅ ਜੀ ਜੇ ਤਾਂ ਕੰਮ ਕਰੂਗਾ ਫਿਰ ਭਗਤ ਸਿੰਘ ਵਾਲਾ ਰੁਤਬਾ ਘਵਾਊਗਾ ਨਹੀਂ ਤਾਂ ਫਿਰ ਭਗਵੰਤ ਮਾਨ ਵੀ ਅਗਲੇ ਸਾਲ ਗਿਆ ਮੰਨ ਲਓ 5 ਸਾਲ ਹੀ ਆ 5 ਸਾਲਾਂ ਬਾਅਦ ਦੁਨੀਆ ਬਦਲਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਭਾਅ ਜੀ ਕੀ ਨਾਂ ਜੀ ਕੀ ਨਾਂ ਵੀਰ ਜੀ ਤੁਹਾਡਾ ਗੁਰਮੇਲ ਸਿੰਘ ਨਵੀਂ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕੀ ਉਮੀਦਾਂ ਨੇ ਉਮੀਦਾਂ ਤਾਂ ਬਹੁਤ ਹੈ ਭਾਅ ਜੀ ਕੰਮ ਕਰਨੇ ਚਾਹੀਦੇ ਆ ਕਿਹੜੇ ਕਿਹੜੇ ਮੁੱਦੇ ਆ ਕਿਹੜੇ ਕੰਮ ਆ ਜਿਹੜੇ ਅਧੂਰੇ ਪਏ ਉਹ ਕਰਨੇ ਚਾਹੀਦੇ ਆ ਭਾਅ ਜੀ ਬੱਤੀ ਦੇ ਰੇਟ ਸਸਤੇ ਕਰਨੇ ਚਾਹੀਦੇ ਇਹਨਾਂ ਨੂੰ ਜਿਹੜੇ ਨਾ ਵਾਅਦੇ ਕੀਤੇ ਉਹਨਾਂ ਪੂਰੇ ਕਰਨੇ ਚਾਹੀਦੇ ਬਿਲਕੁਲ ਹਾਂਜੀ ਕੀ ਨਾਂ ਜੀ ਤੁਹਾਡਾ ਰਕੇਸ਼ ਜੀ ਰਕੇਸ਼ ਜੀ ਨਵੀਂ ਸਰਕਾਰ ਬਣ ਗਈ ਆ ਪੰਜਾਬ ਦੀ ਸੱਤਾ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਨੇ ਕੀ ਉਮੀਦਾਂ ਨੇ ਉਮੀਦਾਂ ਤਾਂ ਬਹੁਤ ਹੈ ਇਹਨਾਂ ਕੋਲ ਭਾਅ ਜੀ ਉਮੀਦਾਂ ਹੀ ਤਾਂ ਹੈਗੀਆਂ ਜਿਹੜੀਆਂ ਇਹਨਾਂ ਨੂੰ ਦੁਬਾਰਾ ਇਹ ਸਰਕਾਰ ਦੁਨੀਆ ਨੇ ਚਾਹਿਆ ਸੀ ਅਤੇ
इन्होंने बन के दिखाता वा, नहीं तो कांग्रेस तो अकाली बार बार आ रहे सी, खा रहे ही। इन्हों को उम्मीदा यो ही आ कि चलो गरीबों के हक में जो भी आ लैके आ बत्ती दे बिल सस्ते करन, कुछ लोगों दी तनखावां बढ़ाउण, नौकरियां कढ़न, ते फिर ही है सरकार दे बंदा वा। हाँ जी, की नाम जी तुहाडा? मेरा नाम रमेश कुमार। रमेश जी, पंजाब दी विच आम आदमी पार्टी दी सरकार बनी, जिहनूं आम आदमी दी पार्टी दी सरकार, आम आदमी दी सरकार कहा जा रहा, की उम्मीदां ने? सानूं इह ते बहुत उम्मीदां ने। अकालियां ने अज तक कुछ नहीं कीता, कांग्रेस ने बेड़ा गर्क कर दिता पंजाब दा। हुण सानूं इह उम्मीद है कि पंजाब दा कुछ भला हो जाऊगा, भला कुछ हो जाऊगा। इस पार्टी सानूं इहो ही माण है, असीं इसे करके इहनूं वोटां पाईआं कि पंजाब दा इक खुशहाल देश है, इहनूं खुशहाल बनाओ। कांग्रेस ने तो अकालिया ने खुशहाली सारा खत्म करता। कि काम ने पंजाब दे विच जिहड़े होण वाले, जिहड़े तुहानू लगता कि पहल दे आधार ते सरकार नूं नवीं बनी सरकार नूं करने चाहिए ने? नवीं जी जां स्कूलां च, जितना प्राइवेट स्कूलों बच्चे जा रहे, अहीं कहिंदे सरकारी स्कूलों बच्चे जाण, जिहड़ा गरीब बच्चा भी पढ़ सके। ते बाकी जितना होस्पिटल है, तगड़ा बंदा इलाज करा लूगा, माड़ा बंदा कित्थे जाएगा? माड़ा बंदा कित्थे जाएगा? अहीं कहिंदे होस्पिटल सहूलतां होण, जिहड़ा माड़ा बंदा भी अपना इलाज करा सकदा है। बिल्कुल जी, नवीं बनी पार्टी तो जिहड़े लोग ने उन्होंने काफ़ी, नवीं बनी सरकार तो लोगों को काफ़ी उम्मीदा ने, क्योंकि अकाली कांग्रसियों का दौर जिहड़ा पंजाब दे विच चलता रहा। हाँ जी वीर जी, की नाम जी तुहाडा? अशोक शर्मा। अशोक जी, पंजाब की सत्ता के उत्ते नवीं सरकार बनी, आम आदमी पार्टी की सरकार, किदां वेखदे हो? बहुत वधिया, एक नवीं पार्टी नूं मौका दिता गया है, लोगों वालों भरवां हुंगारा मिलिया, क्योंकि ये एक दो बंदियां दी नहीं, बहुत ज़्यादा लोगों की इकट्ठी रली मिली, मतलब मर्जी नाल बनाई हुई सरकार आ। 92 सीटों पर जित प्राप्त की आ, ते मौका भी देना चाहिए इन नवें बंदियां नूं। पुराणियां नूं तां आपां चलो 70 साल तो वेखदे ही आए हाँ, हुण नवें बंदियां नूं मौका दिता है। जिवें कि अज चलो सहुं चुक समागम जिहड़ा है वह कंप्लीट हो चुका है, हुण पहले दिन तो जिवें भगवंत मान जी ने कहा कि अहीं पहले दिन तो कम शुरू करांगे, 70 साल तो साडा देश जिहड़ा है पछड़ चुका है, हुण देखदे हां किदां कम करदे आ। मतलब आशा सानूं पूरी आ कि वधिया तरह ही कम करनगे। अज विधानसभा का पहला इजलास ही, इजलास खत्म होंदे सार ही पंजाब के नवनियुक्त मुख्यमंत्री भगवंत सिंह मान ने लोगों को कहा कि भ्रिष्टाचार खत्म कर लिए, एक नंबर जारी करांगे भी जे तुहाडे नाल कोई रिश्वत मंगता या भ्रिष्टाचार हुंदा सानूं सीधी शिकायत कर सकदे हो। इस फैसले को किस नज़र नाल वेखदे हो? बहुत ही वधिया है। जिस तरह के दिल्ली की केजरीवाल सरकार ने एक शुरुआत दे विच ही कहा सीगा कि कोई भी तुहाडे कोलों रिश्वत मंगदा तुसीं उहदी वीडियोग्राफी करो या रिकॉर्डिंग करो सानूं भेजो। इस दे नाल जिहड़े भ्रिष्टाचार वाले लोग हुंदे आ, भ्रिष्टाचारी अफसर हुंदे, कुछ जिहड़े भी हुंदे आ, उन्हां नूं आटोमैटिक दिल विच डर हुंदा है कि यार पता नहीं किहड़े बंदे ने साडी वीडियोग्राफी कर लैणी आ, ते इहदे नाल जिहड़ा भ्रिष्टाचार नूं काफ़ी ज़्यादा ठल पएगी। जदों 2000 केस आउणगे इदां दे, फिर होर ज़्यादा ठल पै जाएगी। किहड़े मुद्दे ने मेन जिन्हां ते लगदा तुहानूं कि सरकार नूं सब तों पहलां कम करना चाहीदा पंजाब दे विच? सब तो पहला जिहड़ा शुरुआती मुद्दा बना वह हैगा वा अपने पंजाब दे विच बॉर्डर एरिया वा नशे का, नशे नूं ठल बिल्कुल सब तो पहला पाउणी चाहीदी आ, क्योंकि बहुत ही ज़्यादा जिहड़े मावां दे पोते आ वह मर चुके आ, बहुत ज़्यादा मरण की कगार ते जा चुके आ। नशे नूं बिल्कुल सब तो पहला खत्म करना चाहिए है, जिदे कि आपां 2-4 वीडियो भी मैं वेखियां हैगियां गुरुद्वारे साहब दे विच ग्रंथी सिंह जी ने अनाउंसमेंट की आ कि जिहड़े भी नशे पत्ते वेचदे आ वह 20 तरीक तक अपना जिहड़ा नशे पत्ते का कारोबार आ समेट लैण, उस तों बाद सानूं कुछ भी ना कहा जाए, असीं तां परचे करावांगे। नशा पत्ता बिल्कुल सब तो पहला बंद करन, उस तों बाद सिक्ख्या का म्यार जिहड़ा वह उच्चा चुकन, ते अपने होस्पिटलाइज दा जिहड़ा वा होस्पिटल दा उहनूं वधिया तरीके दे नाल काम किया जाए। कारण उहदा इह आ जदों आपां किसे भी होस्पिटल जाने वह की कहिंदे आ कि अगे लैजो, अगे कित्थे लै के जाइए, कहती भी जिथे आप जाने उत्थे उन्होंने उनका ट्रीटमेंट प्रॉपर करना चाहिए, बंदे की जान सब तो कीमती है, उनकी जान को बचाना चाहिए। बिल्कुल जी, लोगों की यह राय बिल्कुल सही है कि पंजाब के भ्रिष्टाचारी से जी बेरोज़गारी है एक सब तो वड्डा मुद्दा, इस नाल नशा भी एक बहुत वड्डा मुद्दा, नशे का भी लोग हल चाहते हैं, होर भी लोग मौजूद उन्होंने गलबात करने। हाँ जी भाजी, की नाम जी? सुखदीप सिंह। हाँ जी भाजी, जिहड़ा पंजाब दे विच इक नवीं सरकार बनी है, आम आदमी पार्टी सरकार पहली बार आई है, हमेशा अकाली कांग्रसी आपस में खेडते रहे हैं, इस बार नवीं सरकार तो की उम्मीदा ने? बहुत वधिया उम्मीदा ने, देखो पिछले साल तो आप कभी कांग्रेस आ गई, कभी अकाली आ गए, कभी कुछ आ गया, हर एक पार्टी होंगी एक्ति, आप नवा चेहरा लिया एक्ति कि काम कार करेगा, जिन्हें बेचारे बेरोजगार लोग ने उन्हें नौकरियां मिलनगिया, तो कारोबार वधिया करेगा भगवंत मान जी जे नवे सीएम आए ने। पंजाब दे विच नशा बेरोज़गारी सब तो वड्डा मुद्दा, बेरोज़गारी की गल कर ली, नशा उसनों लगता कि आम आदमी पार्टी खत्म कर पाएगी, क्योंकि पिछलियां जिहड़ियां सरकारां जिन्नियां भी सी नशे का खात्मा नहीं कर सकी? वेखो जी, आने 20 तक सारे गुरद्वारे लॉसमेंट कवाती हुई आ,
20 तरीक के तक सारे पाबंदियों चो आपो अपने इलाकेदार जिन्हें भी नशे आते गोली वाले ने सुध जाओ आपो अपने सीधे हो जाओ भी तो बाहर नहीं तो सीएम बन गया आपो अपने इलाक उन्हें बेनती करती है सही हो जाओ नहीं तो बाद अपनी कार्रवाई की जाऊगी। बिल्कुल जी, इस आम लोग जिन्हों की राय ली है जिन्हों का कहना कि पंजाब दे विच इस बार आम आदमी पार्टी की सरकार जिहड़ी बनी है जिहड़ी वजारत पंजाब दे विच आई है उस तो उन्होंने काफ़ी उम्मीदा ने और लोगों का मनना कि पंजाब दे विच बेरोज़गारी नशा जिहड़ा सब तो वड्डा मुद्दा सब तो पहला लोगों की यह मांग है कि स्कूलों की जिहड़ी हालत है सरकारी स्कूलों की हालत जिहड़ी सुधारी जाए तां जो लोग प्राइवेट स्कूलों तो मुड़ के अपने जिहड़े बच्चे नूं उन्हां नूं सरकारी स्कूलों दे विच चंगी सिक्ख्या दे सकन। ते दूसरे पासे पंजाब सेहत पक्षों जिहड़ा लगातार पछड़दा जा रहा पंजाब इस मामले में काफ़ी फाड़ी है इस करके उन्हां दा कहना है कि पंजाब दे विच सेहत सहूलतां भी जिहड़ियां वो प्रदान कीती जाण तां जो गरीब लोग जिहड़े ने इन्हां सरकारी हस्पतालां दे विच अपना इलाज करा सकन। दूसरे पासे नशे की गल की तां नशा भी एक बहुत वड्डा मुद्दा बेशक अज पंजाब दा पहला जिहड़ा विधानसभा दा इजलास होया तां बाद विच भगवंत मान वल्लों पंजाब दे मुख्यमंत्री वल्लों यह ऐलान किया गया कि सब तो पहला भ्रिष्टाचारी नूं पंजाब दे विचों खत्म कर लिए एक नवा हैल्पलाइन नंबर जिहड़ा वह 20 तरीक तो बाद जारी किया जाएगा तो जो भी भ्रिष्टाचारी करेगा या रिश्वत मंगेगा उसकी सीधी शिकायत तुसीं उस नंबर उपर कर सकते हो। स्कीमां तो बड़िया बनाई जा रही ने पर हुण यह आने वाला समय दसेगा कि पंजाब की नवनियुक्त आम आदमी पार्टी की सरकार पंजाब दे विचों इन्हां रिश्वतखोरां ते जिहड़े भ्रिष्टाचार ने या नशे के मुद्दे ने या बेरोज़गारी के मुद्दे उन्हां नूं खत्म करन दे विच किन्ना क कामयाब होंदी है। मैं सरवण संधावा अपने कैमरामैन साथी करनजीत सिंह दे नाल स्पोक्समैन टीवी लई श्री अमृतसर साहिब तों।